ਭਾਰਤੀ ਕਿਸਾਨ ਯੂਨੀਅਨ ਵੱਲੋਂ ਬਟਾਲੇ ਦੇ ਪਿੰਡ ਦਾਬਾਂਵਾਲੀ ਵਿਖੇ ਇੱਕ ਟਰੈਕਟਰ ਰੈਲੀ ਕੱਢੀ ਗਈ ਅਤੇ ਇਸ ਟਰੈਕਟਰ ਰੈਲੀ ਵਿੱਚ ਕਰੀਬ 100 ਟਰੈਕਟਰ ਸ਼ਾਮਿਲ ਸਨ। ਵੱਡੀ ਗਿਣਤੀ ਵਿੱਚ ਸ਼ਾਮਿਲ ਕਿਸਾਨਾਂ ਵੱਲੋਂ ਲੋਕਾਂ ਨੂੰ ਆਪਣੇ ਅੰਦੋਲਨ ਨਾਲ ਜੋੜਨ ਅਤੇ ਕੇਂਦਰ ਸਰਕਾਰ ਦੇ ਖਿਲਾਫ ਵੱਖ ਵੱਖ 50 ਪਿੰਡਾਂ ਵਿੱਚ ਰੋਸ ਰੈਲੀ ਕੱਢੀ ਗਈ। ਕਿਸਾਨਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਵਤੀਰਾ ਨਹੀਂ ਛੱਡ ਰਹੀ ਅਤੇ ਕਿਸਾਨ ਵੀ ਆਪਣੇ ਹੱਕ ਲੈ ਕੇ ਹੀ ਪਿੱਛੇ ਹਟਣਗੇ। ਉਹਨਾਂ ਦਾ ਕਹਿਣਾ ਸੀ ਕਿ ਲੋਹੜੀ ਦੇ ਮੌਕੇ ਕਾਨੂੰਨ ਦੀਆਂ ਕਾਪੀਆਂ ਸਾੜ ਕਾਲੀ ਲੋਹੜੀ ਮਨਾਈ ਜਾਵੇਗੀ ਅਤੇ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਦੀ ਸਿੱਧੇ ਸਿੱਧੀ ਜ਼ਿੰਮੇਵਾਰੀ ਜੀ ਜਿਹੜੀ ਮੌਜੂਦਾ ਸਰਕਾਰ ਹੈ ਸੈਂਟਰ ਦੇ ਵਿੱਚ ਉਹਦੇ ਉੱਤੇ ਜਾਂਦੀ ਹੈ ਅਤੇ ਇਹ ਜਿਹੜੀਆਂ ਮੌਤਾਂ ਹੋ ਰਹੀਆਂ ਹਨ ਇਹ ਮੌਤਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦਊਗਾ, ਇਹਨਾਂ ਨੂੰ ਯਾਦ ਕੀਤਾ ਜਾਊਗਾ ਅਤੇ ਜਿਹੜਾ ਮੋਦੀ ਵਰਗੇ ਜਿਹੜੇ ਦਰਿੰਦੇ ਬੈਠੇ ਨੇ ਉਹਨਾਂ ਨੂੰ ਕਿਸੇ ਨੇ ਯਾਦ ਨਹੀਂ ਕਰਨਾ। ਇਹਨਾਂ ਮੌਤਾਂ ਦਾ ਜਿਹੜਾ ਵਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਲਿਸਟ ਬਣਾ ਕੇ ਜਿੱਦਾਂ ਅਸੀਂ 71 ਦੀ ਲੜਾਈ ਦੇ ਜੰਗਾਂ ਦੇ ਵਿੱਚ ਸ਼ਹੀਦਾਂ ਨੂੰ ਯਾਦ ਕਰਦੇ ਇਸੇ ਤਰ੍ਹਾਂ ਇਹਨਾਂ ਨੂੰ ਵੀ ਯਾਦ ਕੀਤਾ ਜਾਊਗਾ, ਕਿਉਂਕਿ ਇਹ ਵੀ ਇੱਕ ਲੜਾਈ ਹੈ, ਵੀ ਇੱਕ ਯੁੱਧ ਚੱਲ ਰਿਹਾ ਹੈ, ਆਰ ਅਤੇ ਪਾਰ ਦੀ ਲੜਾਈ ਹੈ। ਹੁਣ ਇਸ ਵੇਲੇ ਦਿੱਲੀ ਦੇ ਵਿੱਚ ਅਸੀਂ ਆਰ ਅਤੇ ਪਾਰ ਦੀ ਲੜਾਈ ਮੋਦੀ ਨਾਲ ਲੜਨੀ ਹੈ, ਜਾਂ ਮੋਦੀ ਮੰਨ ਜੂ ਜਾਂ ਅਸੀਂ ਮਰ ਜਾਵਾਂਗੇ, ਵੇਖਾਂਗੇ ਕੀ ਹੁੰਦਾ ਆਉਣ ਵਾਲਾ ਸਮਾਂ ਦੱਸੇਗਾ। ਕੀ ਕਾਰਵਾਈ ਕੀ ਹੋਣੀ ਚਾਹੀਦੀ, ਕਿਉਂਕਿ ਕਿਸੇ ਨੂੰ ਅਗਰ ਉਕਸਾਇਆ ਜਾਂਦਾ ਹੈ ਤਾਂ ਉਹਦੇ ਉੱਤੇ ਕੇਸ ਦਰਜ ਹੋ ਜਾਂਦਾ ਹੈ, ਖੁਦਕੁਸ਼ੀ ਲਈ ਉਕਸਾਇਆ ਜਾਂਦਾ, ਇਹ ਵੀ ਲੋਕ ਉੱਥੇ ਤੰਗ ਹੋ ਕੇ ਬੈਠੇ ਨੇ, ਕਿਸਾਨ ਤੰਗ ਹੋ ਕੇ ਬੈਠੇ ਨੇ ਅਤੇ ਕਿਤੇ ਨਾ ਕਿਤੇ ਤੰਗੀ ਦੇ ਵਿੱਚ ਹੀ ਆ ਕੇ ਉਹ ਸੁਸਾਈਡ ਕਰਦੇ ਦਿਖਾਈ ਦੇ ਰਹੇ। ਸਾਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਜਦੋਂ ਕੋਈ ਇਨਸਾਨ ਖੁਦਕੁਸ਼ੀ ਕਰਦਾ ਹੈ, ਖੁਦਕੁਸ਼ੀ ਨਹੀਂ ਹੋਣੀ ਚਾਹੀਦੀ, ਪਰ ਇੱਕ ਬਹੁਤ ਵੱਡੀ ਮਜਬੂਰੀ ਹੈ ਇਸ ਵੇਲੇ ਕਿਸਾਨਾਂ ਦੀ ਕਿ ਖੁਦਕੁਸ਼ੀ ਹੋ ਰਹੀ ਹੈ, ਇਸ ਦੀ ਜ਼ਿੰਮੇਵਾਰੀ ਮੈਂ ਇਹੋ ਕਹੂੰਗਾ ਵੀ ਇਸ ਦੇ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਹਨ, ਜਿਹੜੀਆਂ ਵੀ ਕੋਰਟ ਦੀਆਂ ਧਰਾਵਾਂ ਇਹਨਾਂ 'ਤੇ ਲੱਗਣੀਆਂ ਚਾਹੀਦੀਆਂ ਹਨ ਅਤੇ ਕਿਸਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਜੀ ਇਹ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਬਲਾਕ ਫਤਿਹਗੜ੍ਹ ਚੂੜੀਆਂ 'ਚੋਂ ਪਿੰਡ ਦਾਬਾਂਵਾਲ ਤੋਂ ਆਪਾਂ ਟਰੈਕਟਰ ਮਾਰਚ ਕੱਢ ਰਹੇ ਹਾਂ। ਅਸੀਂ ਇਹ ਜਿਹੜੇ ਕਾਲੇ ਕਾਨੂੰਨ ਆ ਇਹਨਾਂ ਦੇ ਰੋਸ ਵਿੱਚ ਜੋ ਅੱਜ ਤੱਕ 49 ਦਿਨ ਹੋ ਗਏ ਸਾਡੇ ਕਿਸਾਨ ਉੱਥੇ ਬੈਠੇ ਆ ਮੋਦੀ ਸਰਕਾਰ ਦੇ ਕੰਨ 'ਤੇ ਜੂ ਨਹੀਂ ਸਰਕਰੀ, ਉਹਦੇ ਵਿਰੋਧ ਵਿੱਚ ਅਸੀਂ ਹੁਣ ਪਿੰਡਾਂ ਵਿੱਚ ਵੱਡੀ ਲਾਮਬੰਦੀ ਕਰ ਰਹੇ ਹਾਂ ਵੀ ਆਪਾਂ ਪਿੰਡੋ ਪਿੰਡੀ ਜਾ ਕੇ ਮਾਰਚ ਕਰ ਰਹੇ ਹਾਂ, ਪਿੰਡਾਂ 'ਚੋਂ ਦੁਨੀਆ ਨੂੰ ਤਿਆਰ ਕਰ ਰਹੇ ਹਾਂ ਵੀ ਆਪਾਂ 26 ਜਨਵਰੀ ਤੋਂ ਪਹਿਲਾਂ ਦਿੱਲੀ ਪਹੁੰਚੀਏ ਅਤੇ ਉਹ ਜਿਹੜਾ ਮਾਰਚ ਵਾ ਉਹ ਆਪਾਂ 26 ਜਨਵਰੀ ਨੂੰ ਟਰੈਕਟਰਾਂ ਦਾ ਕਰਨਾ ਵਾ। ਸੋ ਮੋਦੀ ਨੂੰ ਦੱਸ ਦੇਵਾਂਗੇ ਵੀ ਮੋਦੀ ਕੋਈ ਸਟੇਟ ਹੈਗੀ ਆ ਜੋ ਤੇਰਾ ਵਿਰੋਧ ਕਰਦੀ ਆ, ਇੰਨੀਆਂ ਸਟੇਟਾਂ ਜਿੰਨੇ ਕਿੰਨੇ ਕਾਨੂੰਨ ਵਾਏ ਕਿਸੇ ਸਟੇਟ ਨੇ ਵਿਰੋਧ ਨਹੀਂ ਕੀਤਾ, ਪਰ ਅੱਜ ਪੂਰਾ ਹਿੰਦੁਸਤਾਨ ਜਿਹੜਾ ਉਹ ਪੰਜਾਬ ਦੇ ਨਾਲ ਵਾ ਅਤੇ ਸਾਨੂੰ ਪੂਰਾ ਇਹ ਹੱਕ ਵਾ, ਆਪਣੀ ਲੜਾਈ ਅਸੀਂ ਜਿੱਤਾਂਗੇ ਅਤੇ ਲੜ ਕੇ ਜਿੱਤਾਂਗੇ। ਨਾ ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਤੁਹਾਡਾ ਆਪਣਾ ਨਿਰਮਲ ਸਿੱਧੂ। ਦੋਸਤੋ, ਸੱਚੀਆਂ ਅਤੇ ਖਰੀਆਂ ਖਬਰਾਂ ਸੁਣਨ ਵਾਸਤੇ ਸਾਂਝਾ ਮੁੱਦਾ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ। ਥੈਂਕ ਯੂ ਵੈਰੀ ਮੱਚ।